हेलो एवरीवन, वेलकम बैक टू माय चैनल। आज तुसी जानोगे कैनेडा दे बारे कुछ ओ फैक्ट जो शायद ही तुसी कदे सुने होण। इस वीडियो च तुसी जानोगे कि किवें कैनेडा ने अमेरिका नूं दो वार जंग दे मैदान च हराया, क्वेबेक क्यों अड होना चाहुंदा सी कैनेडा तों, ब्रिटिश रॉयल फैमिली दा की रोल आ कैनेडा च, कैनेडियन फ्लैग दा कलर रैड ही क्यों वा, एंड आखिर च मोस्ट इंट्रस्टिंग फैक्ट कि कौन हन कैनेडा दे असली वसनीक। सो बने रहो वीडियो दे अंत तक। आओ शुरू करते हैं फ्रॉम फैक्ट नंबर वन। फैक्ट नंबर वन, कैनेडा यूएस वॉर। हिस्टरी के कैनेडा एंड अमेरिका दो बार जंग के मैदान च आमो सामने हुए ने 1775 एंड 1812 च। बट इन दिस वीडियो तुसी जानोगे 1812 की जंग बारे। 1812 की जंग 2 साल ते 7 महीने तक चली। 200 years ago, the United States invaded our territory. ये जंग होने का पहला कारण ब्रिटेन एंड अमेरिका के आपसी तनाव एंड दूजा अमेरिका अपनी टैरिटोरी एक्सपैंड करनी चाहता सी। उस समय कैनेडा ब्रिटिश एम्पायर के अंडर सी, सो ब्रिटिश एंड कनेडियन फोर्सेस ने अमेरिकन ट्रूप्स का सामना रल के किया। इस जंग दे विच काफ़ी जानी ते माली नुकसान भी होया। 15,000 अमेरिकन एंड 9,000 कनेडियन सोल्जरस मारे गए। आखिर 1815 कंटिन्यू डैमेजेस करके अमेरिका नूं ये वॉर विदड्रॉ करनी पई ते कुछ इस तरह कैनेडा ये वॉर जित गया। फैक्ट नंबर 2, क्वेबेक रेफरेंडम। हाँ जी, रेफरेंडम बारे तो तुसीं सुनिया ही होवेगा। समय समय से कौमां अपनी सोवरनिटी क्लेम करदियां रहियां ने ते रहणगियां भी। इदां ही 1995 दे विच क्वेबेक, जो कि एक कनेडियन सूबा है, इत्थों दे बहुते वसनीक फ्रेंच बोली बोलते हैं, अपनी अड कंट्री की डिमांड करते हैं। यू अग्री दैट क्वेबेक शुड बिकम सॉवरन। दोज वर द फर्स्ट 8 वर्ड्स ऑफ द इंग्लिश लैंग्वेज क्वेश्चन फॉर वोटर्स इन दैट प्रोविंस इन 1995। Millions of Quebecers cast their ballots in a referendum, and by the slimmest of margins, they rejected the idea of separation. So, ਵੋਟਾਂ ਹੁੰਦੀਆਂ ਨੇ, total 4.6 million voter ਵੋਟ ਪੋਲ ਕਰਦੇ ਨੇ, ਅਤੇ ਅਖੀਰ ਜਦੋਂ ਰਿਜ਼ਲਟ ਆਉਂਦਾ ਹੈ ਤੇ 49.42% voters ਹੱਕ ਚ ਤੇ 50.58% ਵਿਰੋਧ ਚ ਵੋਟ ਕਰਦੇ ਨੇ। ਇਦਾਂ ਇਹ ਰੈਫਰੈਂਡਮ ਫੇਲ ਹੋ ਜਾਂਦਾ ਹੈ। ਇਹ ਰੈਫਰੈਂਡਮ ਦੀ ਹਿਸਟਰੀ ਦੀ ਸਭ ਤੋਂ ਵੱਡੀ ਤੇ ਸਭ ਤੋਂ ਕਲੋਜ਼ ਪੋਲ। ਹੁਣ ਵੀ ਜਦੋਂ ਕਿਤੇ ਮੌਕਾ ਮਿਲਦਾ ਹੈ ਕਬੈਕ ਆਪਣੀ ਸੋਵਰਨਿਟੀ ਦੀ ਗੱਲ ਕਰਦਾ ਰਹਿੰਦਾ ਹੈ। ਫੈਕਟ ਨੰਬਰ 3, ਬ੍ਰਿਟਿਸ਼ ਰਾਇਲ ਫੈਮਿਲੀਜ਼ ਰਿਲੇਸ਼ਨ ਵਿਦ ਕੈਨੇਡਾ। ਜਿਵੇਂ ਕਿ ਆਪਾਂ ਨੂੰ ਪਤਾ ਹੈ ਕੈਨੇਡਾ ਇੱਕ ਕਾਮਨਵੈਲਥ ਕੰਟਰੀ ਹੈ, ਇਸ ਲਈ ਹਰ ਕਾਮਨਵੈਲਥ ਕੰਟਰੀ ਦੇ ਨਾਲ ਬ੍ਰਿਟਿਸ਼ ਫੈਮਿਲੀ ਦੇ ਕੁਝ ਨਾ ਕੁਝ ਰਿਲੇਸ਼ਨ ਮੇਨਟੇਨਡ ਹਨ। ਜੋ ਵੀ ਬ੍ਰਿਟਨ ਦਾ ਕਿੰਗ ਔਰ ਕੁਵੀਨ ਹੋਵੇ ਉਸ ਨੂੰ ਕੈਨੇਡਾ ਦੇ ਵਿੱਚ ਹੈੱਡ ਆਫ ਸਟੇਟ ਦਾ ਦਰਜਾ ਮਿਲਦਾ ਹੈ। ਐਕਟਿਵ ਕੈਨੇਡੀਅਨ ਪੋਲਿਟਿਕਸ ਦੇ ਵਿੱਚ ਕਿੰਗ ਔਰ ਕੁਵੀਨ ਦਾ ਕੋਈ ਰੋਲ ਨਹੀਂ ਹੁੰਦਾ, ਇਹ ਸਾਰੀ ਪਾਵਰਸ ਸਿੰਬੋਲਿਕ ਹੁੰਦੀਆਂ ਨੇ। ਤੁਸੀਂ ਜਾਣ ਕੇ ਹੈਰਾਨ ਹੋਵੋਗੇ ਕਿ ਐਵਰੀ ਸਿੰਗਲ ਕੈਨੇਡੀਅਨ $1.5 ਬ੍ਰਿਟਿਸ਼ ਕਰਾਊਨ ਨੂੰ ਪੇ ਕਰਦਾ ਹੈ, ਜੋ ਕਿ ਅਪਰੋਕਸੀਮੇਟਲੀ $59 million ਬਣ ਜਾਂਦੇ ਨੇ ਸਾਲ ਦੇ। ਹੋਰ ਤੇ ਹੋਰ 89% ਕੈਨੇਡੀਅਨ ਲੈਂਡ ਇਜ਼ ਡਿਵੋਟਡ ਟੂ ਕਰਾਊਨ, 41% ਇਜ਼ ਫੈਡਰਲ ਕਰਾਊਨ ਲੈਂਡ, ਐਂਡ 48% ਇਜ਼ ਅ ਪ੍ਰੋਵਿੰਸ਼ੀਅਲ ਕਰਾਊਨ ਲੈਂਡ। ਸੋ ਬਾਕੀ 11% ਲੈਂਡ ਪ੍ਰਾਈਵੇਟਲੀ ਓਨਡ ਹੁੰਦੀ ਹੈ। ਜਦ ਵੀ ਕੋਈ ਇਮੀਗ੍ਰੈਂਟ ਬੰਦਾ ਸਿਟੀਜ਼ਨਸ਼ਿਪ ਦੀ ਓਥ ਲੈਂਦਾ ਹੈ, ਉਹ ਵੀ ਕਿੰਗ ਔਰ ਕਵੀਨ ਨੂੰ ਡਿਵੋਟ ਹੁੰਦੀ ਹੈ। ਫੈਕਟ ਨੰਬਰ 4, ਕੈਨੇਡੀਅਨ ਫਲੈਗ। ਕੈਨੇਡੀਅਨ ਫਲੈਗ ਵਰਲਡ ਦਾ ਵਨ ਆਫ ਦੀ ਮੋਸਟ ਫੇਮਸ ਫਲੈਗ ਹੈ। ਸਮੇਂ ਸਮੇਂ 'ਤੇ ਕੈਨੇਡਾ ਦੇ ਫਲੈਗ ਚੇਂਜ ਹੁੰਦੇ ਰਹੇ ਨੇ, ਬਟ ਜੋ ਫਲੈਗ ਹੁਣ ਆਪਾਂ ਦੇਖਦੇ ਹਾਂ ਇਹ 1965 ਅਪਰੋਕਸੀਮੇਟਲੀ 57 ਈਅਰਸ ਪਹਿਲਾਂ ਅਡੋਪਟ ਕੀਤਾ ਗਿਆ ਸੀ। ਜੋ ਮੇਪਲ ਲੀਫ ਆਪਾਂ ਦੇਖਦੇ ਹਾਂ ਫਲੈਗ ਦੇ ਵਿੱਚ, ਉਹ 1868 ਤੋਂ ਐਜ਼ ਆ ਨੈਸ਼ਨਲ ਸਿੰਬਲ ਲਿਆ ਗਿਆ। ਫਲੈਗ ਦੇ ਵਿੱਚ ਰੈੱਡ ਕਲਰ ਦਾ ਮੀਨਿੰਗ ਕੈਨੇਡੀਅਨਸ ਵੱਲੋਂ ਵਰਲਡ ਵਾਰ 1 ਦੇ ਵਿੱਚ ਕੀਤੇ ਸੈਕਰੀਫਾਈਸ ਨੂੰ ਸ਼ੋ ਕਰਦਾ ਹੈ। ਫੈਕਟ ਨੰਬਰ 5, ਰੀਅਲ ਕੈਨੇਡੀਅਨਸ। ਕੌਣ ਹਨ ਰੀਅਲ ਕੈਨੇਡੀਅਨਸ, ਇੱਥੋਂ ਦੇ ਗੋਰੇ ਜਾਂ ਕੋਈ ਹੋਰ, ਉਹ ਜਾਣਦੇ ਹੋ। ਇੱਥੋਂ ਦੇ ਅਸਲੀ ਅਤੇ ਮੂਲ ਨਿਵਾਸੀਆਂ ਨੂੰ ਐਬਰੀਜਨਲ, ਫਸਟ ਨੇਸ਼ਨਸ ਔਰ ਰੈੱਡ ਇੰਡੀਅਨਸ ਕਿਹਾ ਜਾਂਦਾ ਹੈ। ਇਹਨਾਂ ਦੀ ਪਾਪੂਲੇਸ਼ਨ 1.8 million, ਜੋ ਕਿ 5% ਬਣਦੀ ਹੈ ਟੋਟਲ ਪਾਪੂਲੇਸ਼ਨ ਦੀ। ਇਹ ਲੋਕ ਸਭ ਤੋਂ ਵੱਧ ਅੰਟੈਰੀਓ, ਮੈਨੀਟੋਬਾ, ਸਸਕੈਚੂਅਨ, ਬ੍ਰਿਟਿਸ਼ ਕੋਲੰਬੀਆ ਅਤੇ ਬਾਕੀ ਪ੍ਰੋਵਿੰਸ ਦੇ ਹਿੱਸਿਆਂ 'ਚ ਰਹਿੰਦੇ ਹਨ। ਵਿਨੀਪੈਗ ਦੇ ਵਿੱਚ ਇਹਨਾਂ ਦੀ ਗਿਣਤੀ 100,000 ਤੋਂ ਵੀ ਜ਼ਿਆਦਾ ਮਿਲ ਜਾਂਦੀ ਹੈ। ਇਹਨਾਂ ਲੋਕਾਂ ਦੇ ਨਾਲ ਸਮੇਂ ਸਮੇਂ 'ਤੇ ਬਹੁਤ ਧੱਕੇ ਹੋਏ ਨੇ, ਜਿਨ੍ਹਾਂ ਦੀ ਮਾਫ਼ੀ ਪ੍ਰਾਈਮ ਮਿਨਿਸਟਰ ਟਰੂਡੋ ਨੇ 2016 'ਚ ਮੰਗੀ ਸੀ। ਦੀਸ ਆਰ ਦਾ ਹਾਰਡ ਟਰੂਥਸ ਵੀ ਮਸਟ ਕਨਫਰੰਟ ਐਜ਼ ਅ ਸੋਸਾਇਟੀ। ਇਹਨਾਂ ਨਾਲ ਹੋਈਆਂ ਵਧੀਕੀਆਂ ਦੀ ਮੈਂ ਕਦੇ ਸੈਪਰੇਟ ਵੀਡੀਓ ਵੀ ਬਣਾਊਂਗਾ। ਇੰਨਾ ਕੁਝ ਹੋਣ ਤੋਂ ਬਾਅਦ ਸਰਕਾਰ ਗੁੱਡ ਜੈਸਚਰ ਸ਼ੋਅ ਕਰਦੀ ਹੋਈ ਇਹਨਾਂ ਲੋਕਾਂ ਤੋਂ ਕੋਈ ਟੈਕਸ ਚਾਰਜ ਨਹੀਂ ਕਰਦੀ, ਮੈਡੀਕਲ ਐਂਡ ਡੈਂਟਲ ਸਰਵਿਸਿਜ਼ ਇਹਨਾਂ ਨੂੰ ਫ੍ਰੀ ਨੇ, ਹੋਰ ਵੀ ਬੈਨੀਫਿਟਸ ਨੇ ਜੋ ਇਹਨਾਂ ਨੂੰ ਐਜ਼ ਆ ਫਸਟ ਨੇਸ਼ਨਸ ਮਿਲਦੇ ਨੇ। ਅਤੇ ਹਾਂ, ਕੈਨੇਡਾ ਐਂਡ ਅਮੈਰੀਕਾ ਦੇ ਵਿੱਚ ਇਹਨਾਂ ਨੂੰ ਨੇਟਿਵ ਜਾਂ ਐਬਰੀਜਨਲ ਪੀਪਲ ਕਹਿ ਕੇ ਹੀ ਬੁਲਾਇਆ ਜਾਂਦਾ ਹੈ।
रेड इंडियन कहना इन्हों एक रेशियल सलर है। तो यह सन पांच अमेजिंग फैक्ट्स अबाउट कैनेडा। जे तुहानू यह फैक्ट्स वर्थ इट लगे तो एप्रीसीएशन दे लई लाइक शेयर एंड कॉमेंट जरूर करो। एंड जे तुसी फ्यूचर दे विच इदां दीआं होर वीडियोज़ देखना चाहते हो तो चैनल नू सबसक्राइब करना ना भुल्यो। थैंक यू फॉर वॉचिंग।